रोड़ी आना है, पर्स पट्टी आना, पैसे वादू है तेरे कोले है। उधर बार के बजाय जाके बार टुट जूगा माड़ी मंडी तेन सुरत है नी, किन्ने पैसे हो गए तेरे कोले, किन्नी होगी जीरी? पैसे वादू जट कोले बथेरी जीरी हुई है। पैसे वादू है? हां अच्छा पा फर्श ना हुण पूजा पत्थर ही लवावांगे। अच्छा आहो इन्नी जीरी होगी अपने, नाले तू कहना सी ठीक ठाक जी होई है, पहला टाइम है ना सी अपने घट्टी निकलूगी जीरी, हुण तू कहना बाली निकली है, सच सच ही निकली है, कोई करना ले मैं इवें कहना जीरी बथेरी निकली है, ओ जीरी ते सबदी होई है, एवें झूठ मारी जांदे लोक, जीरी किसे दे नहीं घट निकली। ऐ कर चल तू बैठ फिर आ जा मेरे नाल, माड़ी जी गल कर, मैं आ गई, भांडे तां मैं फेरी चुनू। की गल करनी है? ओ तू गल सुन मेरी माड़ी जी, जे अपनी जीरी वादू निकली है मैं एक सुड तो चीज पूछनी है। हां पूछूंगी फिर जी, हां करोगे? ओले पूछ ता सही, हुण ता हां ही है, जदों जीरी बथेरी निकले जीरी कड़े हुण अपने घट हुई है। ना ना फिर तुसी मुक्कर जाने हुंदे हो, सानू पक्का रहना पू, वादे ते देख मैनू ओ चीज लिया के देनी पू जे मैं सोथू मंगी। ले जे कोई चीज लियाउण वाली होई ता तैनूं मैं जरूर लिया के देऊंगा। चीज ता देख लियाउण वाली आ, ए वार तू कह देना मैं फिर लिया करूंगा, फिर इतकी ता मैं मंगवाऊंगी। ओ लिया दूंगा जे तू कुछ मुंहों कहेंगी फिर ही है। अपनी देख जीरी होगी वादू, पत्थर तो आप फेर लवा लांगे। ऐ कर पहला मैनू कन्ना वाले टॉक्स करा दे, मुल दे कोके पाई फिरदी। कन्ना वाले टॉक्स? हां ले तैनू पता है सोने दा भाव की है, कदे रेट पुछे जाके कर लग गया ना ओही गल्लां जिहड़ी तैनू आख्या सी वी ओदी मुक्कर जाएगा नाल दी नाल ओदी कह देगा। हुण तां तू कहना सी जीरू जीरी वादू होई अपनी, हुण तां तू डबली आउंदा सी ओहनू गैस नू इहते अगे मैं पत्थर लवा लूंगा। ओ मैनू तां ऐ सी ਮਹਾ ਕਦੇ ਛੂਟ ਮੰਗੇਗੀ, ਹੋਰ ਮਹਾ ਤੂੰ ਕੀ ਮੰਗਣਾ, ਹਜ਼ਾਰ ਵਾਲਾ ਮੰਗ ਲੇਗੀ, 500 ਵਾਲਾ ਮੰਗ ਲੇਗੀ, ਤੈਨੂੰ ਪਤਾ ਕਿੰਨੇ ਦੇ ਬਣਨਗੇ? ਕਿੰਨੇ ਦੇ ਬਣਨਗੇ? 20,000 ਦੇ ਬਣ ਜਾਣਗੇ, ਹੋਰ ਕਿੰਨੇ ਕਦੇ ਬਣਨਗੇ? ਮੈਂ ਤਾਂ ਛੂਟ ਦੀ ਲੋੜ ਨਹੀਂ, ਮੈਂ ਤਾਂ ਇੱਕ ਹੀ ਲੈਂਦੀ ਨਹੀਂ, ਜਮਾਂ ਨਹੀਂ ਲੋੜ ਮੈਨੂੰ, ਮੈਂ ਜੇ ਕਿਸੇ ਦਾ ਵਿਆਹ ਹੈਗਾ ਮੈਂ ਫਿਰ ਵੀ ਨਹੀਂ ਲੈ ਕੇ ਆਉਂਦੀ, ਬਸ ਮੈਨੂੰ ਕੰਨਾਂ ਵਾਲੇ ਕਰਵਾ ਦੇ। ਉਹ ਤੂੰ ਤਾਂ ਕਹੀ ਜਾਨੀ ਆ 20 ਦੇ 20 ਦੇ, ਉਹ ਜਦੋਂ ਬਣਾਉਣ ਲੱਗ ਗਏ ਨਾ ਸਿਰਾਂ ਦੇ ਬਾਗੇ ਐਵੇਂ 30-35,000 ਰੁਪਇਆ ਲੱਗ ਜੂਗਾ। ਨਾ ਫਿਰ ਹੁਣ ਜਵਾਬ ਹੈ ਤੇਰਾ? ਲੈ ਉਹ ਇੰਨੇ ਰੁਪਏ ਮੈਨੂੰ ਕਿੱਥੇ ਬਚੇ? ਉਹ ਜੱਟ ਦਾ ਤਾਂ ਜਦੋਂ ਹਿਸਾਬ ਕਿਤਾਬ ਪੂਰਾ ਹੋ ਜੇ ਨਾ, ਉਹ ਜੱਟ ਨੂੰ ਤਾਂ ਇੰਨੇ ਨਾਲ ਹੀ ਐ ਹੋ ਜਾਂਦਾ ਵੀ ਪੈਸੇ ਬਥੇਰੇ ਨੇ, ਇੰਨੇ ਬਚੇ ਬੁਚੇ ਨਹੀਂ ਹੈਗੇ ਬਾਲੇ, ਹਿਸਾਬ ਕਿਤਾਬ ਵੀ ਸਹੀ ਹੋਇਆ ਅੜਤੀਏ ਨਾ। ਦੇਖ ਮੁੱਕਰ ਗਿਆ ਨਾ, ਜਦੋਂ ਮੈਂ ਤੈਨੂੰ ਆਖਿਆ ਸੀ ਵੀ ਮੰਗੂੰਗੀ ਫੇਰ ਚੀਜ਼ ਜੇ ਲਿਆ ਕੇ ਦੇਵਾਂਗਾ, ਗੱਲ ਤਾਂ ਇਹੀ ਹੈ, ਕਣਕ ਵੇਲੇ ਤੂੰ ਕਹਿੰਦੇ ਨਾ ਮੈਂ ਜੀਰੀ ਵੇਲੇ ਬਣਵਾ ਕੇ ਦੇਊਂਗਾ, ਜੀਰੀ ਵੇਲੇ ਕਹਿੰਦੇ ਨਾ ਕਣਕ ਵੇਲੇ ਬਣਵਾ ਕੇ ਦੇਊਂਗਾ, ਤੇਰੀ ਤਾਂ ਆੜੀ ਸੋਣੀ ਫਿਰ ਆਉਂਦੀ ਨਹੀਂ। ਮੇਰੀ ਗੱਲ ਸੁਣ ਲੈ, ਆਪਣਾ ਹਿਸਾਬ ਤਾਂ ਸਹੀ ਹੋ ਗਿਆ, ਇਹ ਤਾਂ ਕਿਸੇ ਦਾ ਆੜਤੀ ਹੈ ਨਾ, ਹਿਸਾਬ ਵੀ ਸਹੀ ਨਹੀਂ ਹੁੰਦਾ, ਕਣਕ ਵੇਲੇ ਆਪਾਂ ਨੂੰ ਪੈਸੇ ਬਚ ਜਾਣਗੇ, ਉਦੋਂ ਦੇਖਾਂਗੇ, ਉਦੋਂ ਬਣਾ ਦੇਾਂਗੇ ਤੇਰੇ ਕੰਨਾਂ ਨੂੰ। ਹਾਂ ਉਦੋਂ ਵੀ ਦੇਖੇਗਾ, ਉਦੋਂ ਕਿਹੜਾ ਇਹ ਕਹਿੰਦੇ ਵੀ ਹਾਂ ਕਣਕ ਵੇਲੇ ਮੈਂ ਤੈਨੂੰ ਕਰਾ ਕੇ ਦੇ ਦੂੰਗਾ, ਮੈਂ ਸਾਰੀ ਉਮਰ ਹੋ ਗਈ ਮੈਨੂੰ ਆ ਮੁੱਲ ਦੇ ਕੋਕੇ ਪਾ ਕੇ ਕੱਢਦੀ ਹਾਂ, ਸਾਰੀਆਂ ਦੁਕਾ ਦਿਖਾ ਜਾਂਦੀਆਂ ਆ ਕੇ, ਕੋਈ ਕਹਿੰਦੇ ਮੈਂ ਲੜੂਆਂ ਵਾਲੇ ਕਰਵਾ ਲਏ, ਕੋਈ ਕਹਿੰਦੇ ਮੈਂ ਸਾਪ ਕੰਨਾਂ ਵਾਲੇ ਕਰਵਾ ਲਏ, ਕਿਸੇ ਨੇ ਕਹੋ ਜਿਹੇ ਕਰਵਾ ਲਏ, ਕਿਸੇ ਨੇ ਮੋਤੀ ਪਾ ਕੇ ਕਰਵਾ ਲਏ, ਕਿਸੇ ਨੇ ਕੁਛ ਕਿਸੇ ਨੇ ਕੁਛ, ਮੈਨੂੰ ਕਦੇ ਨਹੀਂ ਬਣਵਾ ਕੇ ਦਿੱਤੇ, ਕਦੇ ਨਹੀਂ ਤਾਂ ਆਖਿਆ, ਪਹਿਲਾਂ ਤਾਂ ਕਹਿ ਦੇਣਾ ਵੀ ਹਾਂ ਜੀਰੀ ਵਾਧੂ ਹੋਈ ਹੈ, ਜਦੋਂ ਮੈਂ ਮੰਗ ਲੈਂਦੀ ਹਾਂ ਤਾਂ ਇੱਥੋਂ ਕੰਨਾਂ ਵਾਲੇ ਟੌਪਸ ਨਾਲ ਦੀ ਨਾਲ ਕਹਿ ਦੇਣਾ, ਨਾ ਨਾ ਆਪਣਾ ਤਾਂ ਹਿਸਾਬ ਹੀ ਪੂਰਾ ਹੋਏ। ਉਹ ਮੇਰੀ ਗੱਲ ਸੁਣ ਲੈ ਤੂੰ, ਲੋਕਾਂ ਦੀਆਂ ਰੀਸਾਂ ਨਹੀਂ ਕਰੀਆਂ ਹੁੰਦੀਆਂ, ਆਪਦਾ ਘਰ ਦੇਖੀਦਾ ਹੁੰਦਾ, ਉਹ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਆਪਦੇ। ਤੇ ਮੈਂ ਕਿਹੜਾ ਚਾਦਰ ਤੋਂ ਬਾਹਰ ਲਿਜਾਨੀ ਆ ਪੈਰ, ਮੈਂ ਕਿਹੜਾ ਤੇਰੇ ਤੋਂ ਤੋੜੇ ਦੇ ਕਾਂਟੇ ਮੰਗ ਲਈ, ਮੈਂ ਵੀ ਤਾਂ ਤੇਰੇ ਤੋਂ ਟੌਪਸ ਹੀ ਮੰਗਦੀ ਆ 20,000 ਦੇ। ਉਹ ਲੈ ਉਦੋਂ ਪਤਾ ਲੱਗਦਾ ਜਦੋਂ ਪੈਰ ਨਾ ਸਾਰੇ ਬਾਹਰ ਨੰਗੀ ਹੋ ਜਾਂਦੇ ਆ, ਤੇਰੇ ਵਰਗੇ ਨੂੰ ਕਿੱਥੇ ਕਬੀਲਦਾਰੀ ਚਲਾਉਣੀ ਆਉਂਦੀ ਹੈ, ਮਾੜਾ ਜਿਹਾ ਹਿਸਾਬ ਕੀ ਸਹੀ ਹੋਇਆ, ਗਾਹਾਂ ਹੋਰ ਇਹਨੂੰ ਐ ਮੈਂ ਕਰਜ਼ੇ ਚੜਾ ਦਿਆਂ, ਉਹ ਮਸਾਂ ਤਾਂ ਕਰਜ਼ਾ ਤਾਲੇ ਅੜਤੀ ਇਹਦਾ, ਜੇ ਦੁਬਾਰੇ ਚੜ ਗਿਆ ਨਾ ਕਰਜ਼ਾ ਉਤਰਦਾ ਨਹੀਂ ਹੁੰਦਾ, ਜਾਂ ਪਾਣੀ ਦੇ ਲਾਰ ਦਾ ਜਾ ਕੇ ਮੈਥੋਂ ਨਹੀਂ ਪਾਣੀ ਫੜਾਈਦਾ, ਫਿਰ ਤੈਨੂੰ ਮੈਂ ਕੀ ਕਰਾਂ? ਨਹੀਂ ਸਾਰੇ ਤੈਨੂੰ ਕੋਈ ਛੂਟ ਲਿਆ ਦੇਣਾ, ਇੱਕ ਲਿਆ ਨਾ, ਮੈਂ ਮੰਗਵਾਉਂਦੀ ਨਹੀਂ, ਮੈਨੂੰ ਤਾਂ ਲੋੜ ਨਹੀਂ ਕਾਸੇ ਦੀ ਵੀ, ਮੈਂ ਤਾਂ ਕੁਝ ਨਹੀਂ ਮੰਗਾਉਂਦੀ, ਜਾਂ ਬਗ ਜ਼ਿਆਦਾ ਪਾਣੀ ਪੀ ਲੈ, ਚਾਹ ਪੀ ਲੈ ਕਰਕੇ, ਇਹ ਨਹੀਂ ਹੈ ਲੋਟ ਆਉਂਦਾ, ਇਹ ਤਾਂ ਆਏ ਵਾਰ ਕਹਿ ਦਿੰਦੇ, ਜਦੋਂ ਤਾਂ ਜੀਰੀ ਆ ਜਾਂਦੀ ਹੈ ਉਹ ਤਾਂ ਕਹਿੰਦੇ ਮੈਨੂੰ ਕਣਕ ਵੇਲੇ ਕਰਾ ਕੇ ਦੇਊਗਾ, ਜਦੋਂ ਕਣਕ ਵੇਚਦਾ ਉਦੋਂ ਕਹਿੰਦੇ ਜੀਰੀ ਵੇਲੇ ਕਰਵਾ ਕੇ ਦੇਊਗਾ, ਹੁਣ ਆਪਣਾ ਸਾਹ ਪੂਰਾ ਹੋਇਆ, ਇਹ ਤਾਂ ਨਹੀਂ ਐ ਜੱਟ ਦਾ ਪੁੱਤ ਲੋਟ ਆਉਂਦਾ, ਇਹ ਨਹੀਂ ਮੈਨੂੰ ਇਹ ਕਰਵਾ ਕੇ ਦਿੰਦਾ ਕੰਨਾਂ ਵਾਲੇ, ਕੰਨਾਂ ਵਾਲੇ ਤਾਂ ਮੈਨੂੰ ਕਰਵਾਉਣੇ ਪੈਣਗੇ, ਮੱਝਾਂ ਮੈਂ ਸਾਂਭਦੀ ਹਾਂ, ਦੁੱਧ ਪਾਉਂਦੀ ਮੈਂ ਮਰ ਗਈ, ਸਾਰਾ ਦਿਨ ਕੰਮ ਧੰਦੇ ਕਰਦੀ ਇਹਦੇ ਮੈਂ ਮਰ ਗਈ, ਘਰੇ ਇੰਨੇ ਸਾਲ ਹੋ ਗਏ ਮੇਰੀ ਨੂੰ ਆਈ ਨੂੰ, ਇੱਕ ਮੈਨੂੰ ਕੰਨਾਂ ਵਾਲੇ ਨਹੀਂ ਜੁੜੇ, ਐ ਮੈਂ ਕਿਹੜਾ ਕੋਈ ਵੱਡੇ ਮੰਗਦੀ ਆ, ਮੈਂ ਕਿਹੜਾ ਤੈਥੋਂ ਕੋਈ ਰਾਣੀ ਹਾਰ ਮੰਗ ਲਿਆ, ਤੈਥੋਂ ਮਾੜੇ ਮਾੜੇ ਟੌਪਸ ਹੀ ਮੰਗਦੀ ਆ, 20,000 ਦੇ ਮੇਰੇ ਖਾਤਰ 20,000 ਵੀ ਨਹੀਂ ਕੱਢ ਸਕਦਾ, ਜਾਣ ਕੇ ਨਹੀਂ ਦਿੰਦਾ ਇਹ ਪੈਸੇ ਤੇ ਇਹਦੇ ਕੋਲ ਹੈਗੇ, ਚਲ ਕੋਈ ਨਹੀਂ ਉਹ ਤਾਂ ਮੈਂ ਆਪ ਹੀ ਦੇਖੂੰਗੀ, ਚਾਚੀ ਵਰਗੀਆਂ ਕੋਲੇ ਜਾ ਕੇ ਆਉਂਦੀ ਆ, ਚਾਚੀ ਵੀ ਨਹੀਂ 2 ਦਿਨ ਹੋ ਗਏ ਆਈ, ਨਾ ਤਾਈ ਆਈ ਹੈ, ਦੇਖਦੀ ਆ ਕਿਹਦੇ ਘਰੇ ਜਾ ਕੇ ਮੈਨੂੰ ਵਗ ਜਾਣਗੇ, ਤਾਂ ਚਾਚੀ ਕੋਲੇ ਜਾ ਕੇ ਆਉਂਦੀ ਆ, ਤਾਈ ਕੋਲੇ ਬਾਅਦ ਚ ਜਾ ਕੇ ਆਉਂ ਬਾਡਾ। ਓ ਲੈ ਹਰਪ੍ਰੀਤ
मैं ता चाह पी ली उठे चाह पी है तू भी चाह की पी ली घुट ना मैं ता पींदी मैं ता लोड़ नहीं चाह दी मगर चाह दी घुट पिया के मैनू बड़ा लग जाना मैं नहीं हूं बिटदी बुटदी मैं ता बस कन्ना करवाने तो करवानी है ਤੇ ਬਗ ਜਾਦਾ ਖੇਤ ਜਾ ਕੀ ਤੋ ਕਰਵਾਏਗੀ ਤੂੰ ਕੰਨ ਵਾਲੇ ਆਪਣੇ ਕੋਲੇ ਨਹੀਂ ਪੈਸੇ ਤੂੰ ਕਿਉਂ ਹੋ ਕਰੀ ਜਾਨੀ ਹੈ ਖੇਤ ਜਾ ਜਾਂ ਕਰ ਟੱਪ ਜਾਦਾ ਤੇ ਬਗ ਜਾ ਤਾਂ ਜਾਣੀ ਹੈ ਖੇਤ ਤੂੰ ਦਾ ਗੁੱਸੇ ਹੋ ਗਈ ਤੈਨੂੰ ਕਿਉਂ ਹੋ ਤੂੰ ਕਰ ਮੈਂ ਤੈਨੂੰ ਛੂਟ ਚਾਰ ਲਿਆ ਦੂੰਗਾ ਨਾ ਮੈਨੂੰ ਤਾਂ ਕਾਸੇ ਦੀ ਨਹੀਂ ਲੋੜ ਮੈਨੂੰ ਤਾਂ ਕੁਝ ਨਹੀਂ ਚਾਹੀਦਾ ਤੂੰ ਇਹਦਾ ਕੰਮ ਕਰ ਜਾ ਕੇ ਜਾ ਲਿਆ ਦੂਗਾ ਇਹ ਚਾਰ ਛੂਟ ਲਿਆ ਦੂਗਾ ਚਾਰ ਛੂਟ ਤਾਂ ਜਣੇ ਦੀ ਉਹਦੀ ਲੈ ਲੂਗਾ ਜੋ 4-4 ਹਜ਼ਾਰ ਦੇ ਚੱਕ ਲੈ ਨਾ ਤੇਰੇ ਤਾਂ ਸਾਹ ਤਾਹਾਂ ਚੜ ਜਾਣਗੇ ਦਵਾਈ ਖੜਾ ਛੂਟ ਮੇਰੇ ਤਾਂ ਤੂੰ ਛੂਟ ਤਾਂ ਤੂੰ ਇੱਕ ਨਹੀਂ ਲੈਣ ਦਿੰਦਾ ਮੈਨੂੰ मैं गल्लां कर करके हुण बड़ियांदा जानी आ मैं डा के बार जानी आ मैं ताई के जाके आनी ताई कोले करदी आ पता ताई मैं ता ना दुध भी पापा थक गई मैं ता कन्ना वाले करौणे दस मैं किवें करा ताई तू कोई हल कड़ा के लियानी आ ताई दसू कोई सियाणी है चल फिर भी गेट ला जा बागी गया मैं दस की कराउणा इत्थे मैं कल्ली बैठी रहा ताई को जाया वा होर की है हुण कोई आउंदी हुंदी तां नहीं बाड़ी चो ना कोई आ गोभी गाभी ना पट के लै जे कोई पालक ना तोड़ के लै जे मेरे आउंदी देखी जू बाला टाइम ना लाऊंगी मैं तो उदी मुड़े आऊंगी ताई ना दो चार गल्लां करके ताई का घर भी किड्डी दूर पै ने मैं तो इन्ने दूर ही थक जानी आउंदी हुंदी एक तां कल्ली जानी नूं कम वाले रहिंदे सारा दिन माल पशु दा रहिंदा कदे गोहा सट लिया कदे संभर लिया आ हुण हो जू उहनां नूं नीरे दा टाइम नीरा पाउणा जाके कहिड़ा पा के गया हूं तूड़ी चल पहलां ताई कोल ही जाके आवां आपदा हल कड्डां ताई तां ला बैठी है खुरली ते ताई इत्थे कातों बैठी है सब्बल जी के मेली बैठी है कोणे पुत्त पशु नवाउणी आएंगी ते उत्थे गड़दी सी बार गे ताई छोटे तां थोड़े ही बलां सोणे ना होर लोहे दा भाई साडा थोड़ा तां चल इत्थे टुरदा नहीं अच्छा हाँ। चल मैं भी उरी बह जानी मैं तो माड़ा जहा काम आई सी ताई तेरे कोल मंजे ते बाग चल देंगा भाई आपा नहीं ताई इन्ना तो मेरे कोले टाइम नहीं मैं मज्जा नु नीरा पाउणा जाके अच्छा हां चल भाई धुप लगदी ओरे तो देखी इत्थे आ जा ओरे सूरज वाजदा भाई होर ते चल खड़े खड़ी गल कर लैने बैठण नु तकी है चल कर ला पुत्त किवें कोई ताई मैं तो तेरे कोले आई सी मैंने तो थोड़े जे पैसियां दी लोड़ पैसियां दी पुत्त की करने आ तू पैसे तैनू की लोड़ पई गई है जी ताई मैं तो ना कन्ना वाले करवाउणे आगे ਮੈਨੂੰ ਤਾਂ ਉਹਨਾਂ ਵਾਸਤੇ ਪੈਸਿਆਂ ਦੀ ਲੋੜ ਆਉਂ ਤਾਂ ਮੈਨੂੰ ਕੋਈ ਲੋੜ ਨਹੀਂ ਅੱਛਾ ਹਾਂ ਉਹ ਤਾਂ ਆਏ ਆ ਦੇਖ ਹੁਣ ਮੇਰੇ ਕੋਲ ਤਾਂ ਹਨਾ ਵੀ ਚਾ 2000 3000 ਤਾਂ ਬੁੱਢੀਆਂ ਕੋਲੇ ਦੇਖਾ ਹੀ ਜਾ ਹੁੰਦਾ ਹੈਗਾ ਤੇ ਵੀ ਹੁਣ ਤੇਰੇ ਕੰਨਾਂ ਵਾਲੇ ਫਿਰ ਕਿੰਨੇ ਕ ਦੇ ਬਣਨਗੇ ਇਹਨੇ ਕੰਨਾਂ ਵਾਲੇ ਤਾਂ ਬਣਨਗੇ ਮੇਰੇ 20000 ਦੇ ਤੂੰ ਇਹਨੂੰ 10000 ਰੁਪਇਆ ਦੇ ਦੇ 10000 ਹਾਂ ਇੰਨਾ ਤਾਂ ਪੁੱਤ ਮੇਰੇ ਕੋਲੇ ਦੇਖਾ ਹੀ ਨਹੀਂ ਹਨਾ ਹੁਣ ਤੇ ਦੇਖ ਹੁਣ ਜਵਾਕਾਂ ਕੋਲੇ ਅਕਬੀਲਦਾਰੀ ਮੇਰੇ ਕੋਲ ਤਾਂ ਬਸ ਆਹੀ 2000 ਜਾਂ 1500 ਹੀ ਹੁੰਦਾ ਹੈਗਾ ਤੇ ਵਾਲੇ ਤਾਂ ਹੈ ਹੀ ਨਹੀਂਗੇ ਤੇ ਮੈਂ ਤੈਨੂੰ ਇੱਕ ਤਾਂ ਦੱਸ ਦਿੰਨੀ ਐ ਤੇ ਤੂੰ ਉਹਦੇ ਕੋਲੇ ਜਾ ਸਰਬਜੀਤ ਕੋਲੇ ਤੇਰੀ ਚਾਚੀ ਕੋਲੇ ਤੇਰਾ ਉਹ ਹੱਲ ਕਰ ਸਕਦੀ ਐ ਅੱਛਾ ਚਾਚੀ ਸਰਬਜੀਤ ਹੈ ਹਾਂ ਠੀਕ ਆ ਪਹਿਲਾਂ ਮੈਂ ਚਾਚੀ ਕੰਨੀ ਸਲਾਹ ਸੀ ਜਾਣ ਦੀ ਫਿਰ ਮੈਂ ਆਖਿਆ ਚੱਲ ਮੈਂ ਤਾਈ ਕੋਲੇ ਜਾਇਆ ਵਾਂ ਮੈਂ ਕਹਿੰਦਾ ਸਿਆਣੀ ਜੇ ਨਾ ਮੈਂ ਉਹ ਤੋਂ ਰਾਇ ਲਿਆ ਵਾਂ ਤਾਈ ਮੈਂ ਕੰਨਾਂ ਵਾਲੇ ਕਰਵਾਉਣੇ ਸੀ ਕਿੱਦਾਂ ਦੇ ਕਰਵਾਉਣੇ ਜੇ ਤਾਂ ਮੈਂ ਕਣਕਾਂ ਵੇਲੇ ਕਹਿੰਨੀ ਆ ਉਦੋਂ ਤਾਂ ਕਹਿੰਦਾ ਜੀਰੀ ਵੇਲੇ ਕਰਵਾ ਦੂੰਗਾ ਤੇ ਜਦੋਂ ਮੈਂ ਜੀਰੀ ਵੇਲੇ ਕਹਿੰਨੀ ਆ ਉਦੋਂ ਕਹਿੰਦਾ ਜਦੋਂ ਕਣਕ ਆ ਗਈ ਉਦੋਂ ਕਰਵਾ ਕੇ ਦੇਵਾਂਗਾ ਆਏ ਉਹ ਕਹਿੰਦਾ ਚਲ ਪੁੱਤ ਕੰਨਾਂ ਵਾਲੇ ਤਾਂ ਫਿਰ ਹੁਣ ਚੱਲ ਹਨਾ ਨੂੰਹਾਂ ਧੀਆਂ ਦੇ ਹੋਣੀ ਚਲ ਉਹ ਬਾਲੀਆਂ ਤਾਂ ਨਹੀਂ ਚਲ ਕੰਨਾਂ ਵਾਲੇ ਤਾਂ ਲਾ ਜ਼ਰੂਰੀ ਹੋਣ ਪੁੱਤ ਤੇ ਸੋਹਣਾ ਲੱਗਦਾਗਾ ਨਾਲੇ ਤਾਂ ਇਹ ਮੈਂ ਕਿਹੜਾ ਕੋਈ ਬਾਲੇ ਵੱਡੇ ਮੰਗਦੀ ਆ ਮੈਂ ਕਿਹੜਾ ਕੋਈ ਤੋਲਾ ਮੰਗਦੀ ਆ ਜੇ 2 ਤੋਲੇ ਮੰਗਦੀ ਆ ਉਹ ਤਾਂ ਥੋੜੇ ਛੋਟੇ ਜਿਹੇ ਬਣ ਜਾਂਦੇ 54 ਭਰ ਬਣ ਜਾਂਦੇ 86 ਬਣ ਜਾਂਦੇ ਚਲ ਕੋਈ ਨਾ ਪੁੱਤ ਅੱਧੇ ਤੋਲੇ ਤਾਂ ਹੁਣ ਕਰਾ ਲਈ ਹੁਣ ਬਾਲੇ ਨਿੱਕੇ ਨਿੱਕੇ ਨਾ ਕਰਾਈ ਹੁਣ ਮਾਰੇ ਜੇ ਵੱਡੀ ਕਰਾ ਲਈ ਹੁਣ ਕਰਾਉਣ ਤਾਂ ਬੈਠੇਗੀ ਠੀਕ ਆ ਤਾਂ ਇਹ ਅੱਧੇ ਤੋਲੇ ਦੇ ਤਾਂ ਫਿਰ 30000 ਦੇ ਬਣਨਗੇ ਹਾਂ 30 ਦੇ ਤਾਂ ਭਾਈ ਬਣਨਗੇ ਹੁਣ ਤਾਂ 60000 ਨੂੰ ਤਾਂ ਹੈਗਾ ਸਿਆਉਣਾ ਤੇ ਰੌਲਾ ਤਾਂ ਫਿਰ ਪੈਸਿਆਂ ਦਾ ਇੰਨੇ ਪੈਸੇ ਨਹੀਂ ਨਾ ਮੇਰੇ ਕੋਲੇ ਰੌਲਾ ਕੋਈ ਨਾ ਤੇਰੇ ਪੈਸੇ ਵੀ ਮਿਲ ਜਾਣਗੇ ਤੇਰਾ ਸਾਰਾ ਹੱਲ ਕਰ ਦੂਗਾ ਮੈਨੂੰ ਵੀ ਲੋੜ ਹੁੰਦੀ ਹੈ ਨਾ ਮੈਂ ਵੀ ਉਸੇ ਕੋਲ ਹੀ ਜਾਨੀ ਆ ਤੇ ਮੈਨੂੰ ਤਾਂ ਵਿਚਾਰੀ ਉਹਦੀ ਹੱਲ ਕਰ ਦਿੰਦੀ ਹੈਗੀ ਪਰ ਮੈਂ ਕਿਤੋਂ ਲਿਆ ਕੇ ਦੇਵੇ ਮੈਨੂੰ ਤਾਂ ਉਹਦੀ ਮੇਰਾ ਮੱਟ ਵਾਲਾ ਸਾਰ ਦਿੰਦੀ ਹੈ ਠੀਕ ਹੈ ਤਾਈ ਤਾਈ ਮੈਂ ਤਾਂ ਪਾਉਣਾ ਮੱਝਾਂ ਨੂੰ ਫਿਰ ਨੀਰਾ ਮੇਰੇ ਕੋਲੇ ਇੰਨਾ ਨਹੀਂ ਟਾਈਮ ਚੱਲ ਤੂੰ ਵੀ ਆਦਵਾਂ ਨਮਾ ਮੱਝਾਂ ਤੇ ਮੈਂ ਜਾ ਕੇ ਉਹਨੇ ਚਾਚੀ ਸਰਬਜੀਤ ਕੋਲੇ ਘਰੀ ਹੂੰ ਉਹ ਘਰੀ ਹੁੰਦੀ ਆ ਭਾਈ ਤੂੰ ਜਾ ਆ ਬਸ ਹੁਣੀ ਵਗ ਜਾ ਬਾਹਰ ਟਾਈਮ ਨਾ ਲਾਈ ਚੰਗਾ ਚਾਚੀ ਜਾਨੀ ਆ ਮੈਂ ਤਾਈ ਤੇ ਤੂੰ ਨਮਾ ਲਾ ਮੱਝਾਂ ਉਹਦੀ ਚੰਗਾ ਭਾਈ ਲਾ ਹੁਣ ਤਾਂ ਵਿਚਾਰੀ ਨਹੀਂ ਇਹਨੂੰ ਤਾਂ ਮੈਂ ਹੁਣ ਬਹੂ ਨੂੰ ਵਿਚਾਰੀ ਨੂੰ ਕੀ ਆਪਦਾ ਭੇਤ ਦੇਵਾਂ ਕੀ ਮੈਂ ਇਹਨੂੰ ਆਪਦਾ ਪਰਦਾ ਦੇਵਾਂ ਕਰਦਾ ਹਨਾ ਵੀ ਮੇਰਾ ਵਿਚਾਰੀ ਉਹ ਕੀ ਹੱਲ ਕਰਦੀ ਹੁੰਦੀ ਆ ਉਹ ਤਾਂ ਵਿਚਾਰੀ ਨੇ ਉਹਨਾਂ ਕੀ ਹੱਲ ਕਰਨਾ ਤੇ ਬਸ ਮੇਰੇ ਤਾਂ ਵਿਚਾਰੀ ਲਾਉਣ ਕਰਾ ਦਿੰਦੀ ਆ ਤੇ ਲਾਉਣ ਕਰਾ ਕੇ ਵਿਚਾਰੀ ਮੇਰੇ ਤਾਂ ਡੰਗ ਸਾੜ ਦਿੰਦੀ ਆ ਹੁਣ ਚਲ ਇਹਦਾ ਆਪੇ ਵਿਚਾਰੀ ਦਾ ਲਾਉਣ ਕਰਾ ਦੂਗੀ ਚਲ ਆਪਦੇ ਕੰਨਾਂ ਵਾਲੇ ਕਰਾ ਲੂਗੀ ਲੈ ਚਾਚੀ ਤਾਂ ਕਰੀ ਐ ਮੈਨੂੰ ਤਾਂ ਸ਼ਿਮਾ ਕਿਤੇ ਹੁਣ ਚਾਚੀ ਨਾ ਮਿਲੇ
ਹੋਰ ਕਿਵੇਂ ਚਾਚੀ ਠੀਕ ਹੈ ਭੈਣ ਜੀ ਹਾਂ ਤੂੰ ਦੱਸ ਬਲਾ ਫੁੱਲ ਜੇ ਬਣਾਈ ਜਾਨੀ ਹੈ ਬਸ ਕਹਿੰਦੇ ਹੈ ਹੀ ਬਣਾ ਲੈ ਕੰਮ ਆ ਜਾਂਦੇ ਕਰੇ ਕੋਈ ਚੀਜ਼ ਚਲ ਵਧੀਆ ਸੋਹਣੇ ਲੱਗਦੇ ਹਨ ਹਾਂ ਲੈ ਬਾਲੀ ਸੋਹਣੇ ਬਣਾ ਲੈਣੀ ਤੂੰ ਤਾਂ ਸਾਡੇ ਮੇਰੀ ਮਾਂ ਬਣਾਉਂਦੀ ਹੈ ਅੱਗੇ ਤਾਂ ਅਸੀਂ ਵੀ ਬਣਾਉਂਦੇ ਹਾਂ ਸਾਰਿਆਂ ਨੂੰ ਸ਼ੌਂਕ ਹੁੰਦਾ ਹੁਣ ਤਾਂ ਬਸ ਕੋਈ ਨਹੀਂ ਬਣਾਉਂਦਾ ਹਾਂ ਹੁਣ ਕੋਈ ਪਸੰਦ ਹੀ ਨਹੀਂ ਕਰਦਾ ਭਾਈ ਇਹ ਚੀਜ਼ਾਂ ਨੂੰ ਹੁਣ ਤਾਂ ਬਣੇ ਬਣਾਏ ਲਿਆਉਂਦਾ ਅਗਲਾ ਕੱਟਣ ਵਾਲੇ ਆ ਨਾ ਚਾਚੀ ਹਾਂ ਕੱਟਣਾ ਮੈਂ ਕਿਹਾ ਇਕੱਠੀ ਕੱਟ ਲਾਂਗੇ ਭਾਈ ਹਾਂ ਚਲ ਇਕੱਠੀ ਕੱਟ ਦੀ ਹਾਂ ਚਾਚੀ ਮੈਂ ਤੇਰੇ ਕੋਲ ਕੰਮ ਆਈ ਸੀ ਮਾੜਾ ਜਿਹਾ ਕੀ ਕੰਮ ਭਾਈ ਕੰਮ ਤਾਂ ਬਸ ਪੁੱਛਣਾ ਪਹਿਲਾਂ ਤਾਂ ਮੈਂ ਗਈ ਸੀ ਤਾਈ ਕੋਲੇ ਹਾਂ ਤਾਈ ਨੇ ਭੇਜਤਾ ਮੈਨੂੰ ਤੇਰੇ ਕੋਲੇ ਤਾਈ ਕਹਿੰਦੀ ਤੂੰ ਉਹਦੇ ਕੋਲੇ ਜਾ ਕੇ ਆ ਵੀ ਮੇਰਾ ਵੀ ਹੱਲ ਉਹੀ ਕਰਦੀ ਹੁੰਦੀ ਹੈ ਅੱਛਾ ਹਾਂ ਤੇ ਮੈਂ ਤਾਂ ਨਾ ਮੈਨੂੰ ਤਾਂ ਪੈਸੇ ਚਾਹੀਦੇ ਕਿਵੇਂ ਕੀ ਗੱਲ ਕਿੰਨੇ ਕੁ ਚਾਹੀਦੇ ਮੈਨੂੰ ਤਾਂ ਚਾਹੀਦਾ ਤਾਂ ਹੈਗਾ ਤਾਈ ਚਾਚੀ 20-30 ਹਜ਼ਾਰ ਰੁਪਇਆ ਚਾਹੀਦਾ ਇੰਨੇ ਪੈਸਿਆਂ ਦਾ ਤੂੰ ਕੀ ਕਰੇਂਗੀ ਭਾਈ ਲੈ ਇੰਨੇ ਪੈਸਿਆਂ ਦਾ ਤੂੰ ਕੀ ਕਰੇਂਗੀ ਜੇ ਮੈਨੂੰ ਚਾਹੀਦੇ ਮੈਂ ਫੇਰ ਹੀ ਆਈ ਆ ਤੇਰੇ ਕੋਲੇ ਕਿਉਂ ਮੁੰਡੇ ਨੂੰ ਕੋਈ ਖੇਤ ਖੂਤ ਲੋੜ ਪੈ ਗਈ ਪੈਸਿਆਂ ਦੀ ਨਾ ਨਾ ਮੁੰਡੇ ਕੋਲੇ ਤਾਂ ਬਥੇਰੇ ਮੁੰਡੇ ਕੋਲੇ ਤਾਂ ਵਾਧੂ ਜੀਰੀ ਹੋਈ ਹੈ ਤੇਰੇ ਕੋਲੇ ਹਾਂ ਠੀਕ ਹੈ ਗੱਲ ਕਰ ਮੇਰੇ ਵੇਲੇ ਨਹੀਂ ਹੈਗੀ ਮੈਨੂੰ ਨਹੀਂ ਦਿੰਦਾ ਉਹ ਮੈਨੂੰ ਤਾਂ 5 ਰੁਪਏ ਨਹੀਂ ਦਿੰਦਾ ਜਮਾ ਅੱਛਾ ਸਾਰਾ ਦਿਨ ਕੰਮ ਸਾਰੇ ਕਰਦੀਆਂ ਮੈਂ ਦੇਲਾ ਮੱਝਾਂ ਸਾਂਭਦੀ ਇੰਨਾ ਦੁੱਧ ਪਾਉਂਦੀ ਆ ਕਦੇ ਜਮਾ ਰੁਪਿਆ ਨਹੀਂ ਦਿੱਤਾ ਚਾਚੀ ਮੈਨੂੰ ਮੈਂ ਦੱਸ ਕੀ ਕਰਾਂ ਫਿਰ ਤੇਰੇ ਪੇਕੇ ਬੁੱਕੇ ਨੂੰ ਦੇਣੇ ਪੈਸੇ ਤਾਂ ਕਰਕੇ ਲੋੜ ਪੈ ਗਈ ਪੇਕਿਆਂ ਨੂੰ ਤਾਂ ਕੋਈ ਲੋੜ ਨੀ ਨਾ ਪੇਕੇ ਵਿਚਾਰੇ ਮੰਗਣ ਪੇਕੇ ਦੇ ਤਾ ਭਾਵਾਂ ਦੇਣ ਮੈਂ ਤਾਂ ਪੇਕਿਆਂ ਨੂੰ ਹੁਣ ਉਹੀ ਸਵਾਲ ਜਾ ਨੀ ਪਾਇਆ ਮੈਂ ਚੱਲ ਆਪਦਾ ਆਪ ਹੀ ਹੱਲ ਕਰ ਲੈਂਦੀ ਆ ਰੋਜ਼ ਪੇਕਿਆਂ ਨੂੰ ਕਹਿੰਦੇ ਸੋਹਣੇ ਨੀ ਲੱਗਦੇ ਪੇਕਿਆਂ ਨੇ ਹੁਣ ਜਿਹੜਾ ਦੇਣਾ ਸੀ ਵਿਚਾਰਿਆਂ ਨੇ ਬਥੇਰਾ ਦਿੱਤਾ ਹੈਗਾ ਤੇ ਮੈਂ ਤਾਂ ਨਾ ਕਰਵਾਉਣੇ ਆ ਚਾਚੀ ਕੰਨਾਂ ਵਾਲੇ ਟੌਪਸ ਕਰਵਾਉਣੇ ਆ ਦੇਖ ਤੇਰੇ ਸਾਹਮਣੇ ਮੇਰੇ ਤਾਂ ਨਾ ਮੁੱਲ ਦੇ ਕੋਕੇ ਪਾਏ ਗੱਲ ਸਹੀ ਹੈ ਹਨਾ ਮੁੱਲ ਦੇ ਪਾਈ ਬੈਠੀ ਕੰਨ ਦੁਖਣ ਲੱਗ ਜਾਂਦੇ ਫਿਰ ਹੁਣ ਤੈਨੂੰ ਮੈਂ ਕੀ ਦੱਸਾਂ ਇੰਨੇ ਪੈਸੇ ਦੇ ਦੇਖ ਕਹਿੰਦੇ ਫਿਰ ਲੋਟ ਨਹੀਂ ਨਾ ਆਉਂਦੇ ਐਂ ਕਹਿੰਦੇ ਉਧਰ ਉਧਰ ਹੀ ਫੜੇ ਕਹਿੰਦੇ ਫਿਰ ਕਿਵੇਂ ਤੂੰ ਮੋੜੇਂਗੀ ਜੇ ਤੈਨੂੰ ਮੁੰਡਾ ਹੋਣ ਨਹੀਂ ਦਿੰਦਾ ਫਿਰ ਤੈਨੂੰ ਔਖਾ ਹੋ ਜਾਊਗਾ ਤੇ ਜੇ ਹੋ ਗਿਆ ਤਾਂ ਆਪਾਂ ਜਿਹੜਾ ਬੁੜੀਆਂ ਲੋਨ ਕਰਾਉਂਦੇ ਆ ਉਹ ਲੋਨ ਕਰਾ ਲਈਏ ਕਹਿੰਦੇ ਤੂੰ ਪੈਸੇ ਕਢਾ ਲਈ ਉਹਤੇ ਚਾਚੀ ਮੈਂ ਤਾਂ ਕਦੇ ਲੋਨ ਲਾਣ ਭਰਿਆ ਨਹੀਂ ਨਾ ਮੈਂ ਕਦੇ ਕਢਵਾਏ ਹੈਗੇ ਮੈਨੂੰ ਤਾਂ ਦੇਖ ਤਾਈ ਨੇ ਹੀ ਭੇਜਿਆ ਸੀ ਤਾਈ ਕਹਿੰਦੀ ਤੇਰਾ ਆਪੇ ਹੱਲ ਕਰ ਦੂਗੀ ਉਹ ਸਰਬਜੀਤ ਕੋਲੇ ਜਾ ਮੈਂ ਤੇਰੇ ਕੋਲੇ ਤਾਂ ਆਈ ਆਂਗੀ ਤੇ ਪੈਸੇ ਤੈਨੂੰ ਕਿਹੜਾ ਮੈਂ ਦੇ ਦਿੰਨੀ ਆ ਉਹਦੇ ਕੋਲੋਂ ਤੇ ਲੋਨ ਕਰਾ ਲਾ ਬੁੜੀਆਂ ਨਾਲ ਮੇਰੇ ਨਾਲ ਕਾਗਜ਼ ਭਰ ਦੇ ਤੇ ਕਹਿੰਦੇ ਜੇ ਤੇਰੇ ਪਾਸ ਹੋ ਗਏ ਮੈਂ ਕਢਾ ਲੂੰਗੀ ਤੂੰ ਕਿਹੜਾ ਮੈਥੋਂ ਲੈ ਲਾ ਤੂੰ ਦੇ ਦੇਂਗੀ ਮੈਨੂੰ ਪੈਸੇ ਹਾਂ ਫਿਰ ਕਿਹੜਾ ਮੈਂ ਦੇ ਦਿੰਨੀ ਆ ਫਿਰ ਆਪਾਂ ਬੁੜੀਆਂ ਨਾਲ ਲੋਨ ਕਰਾ ਕੇ ਉਹ ਪੈਸੇ ਮੈਨੂੰ ਦੇ ਦੀ ਕਿੰਨਾ ਕੁ ਹੁੰਦਾ ਲੋਨ ਕਿੰਨੇ ਕਢਾ ਹੋ ਜਾਊਗਾ ਲੋਨ ਤਾਂ ਫਿਰ ਕਿਹੜਾ ਤੈਨੂੰ 25,000 ਰੁਪਇਆ ਦੇਣਗੇ ਪਹਿਲੇ ਨੂੰ ਤਾਂ 25 ਦਿੰਦੇ ਆ ਦੂਜੇ ਜਿਹੜੇ ਲੋਨ ਲੈਂਦੇ ਹੈਗੇ ਉਹਨਾਂ ਨੂੰ ਤਾਂ 35-40 ਦੇ ਦਿੰਦੇ ਹੈਗੇ ਚਲ ਐਂ ਕਰੀ ਜੇ ਉਹ 25 ਦੇਣਗੇ 5 ਮੈਨੂੰ ਤੂੰ ਦੇ ਦੀ ਮੇਰੇ ਕੋਲੇ ਤਾਂ ਫਿਰ ਇੰਨੇ ਬਣਨੇ ਤੂੰ 5 ਦੁੱਧ ਦਾਦਾ ਤਾਂ ਫੜ ਲਈ ਤੈਨੂੰ 25 ਲੋਨ ਦਾ ਕਰਾ ਦੇਗੇ ਉਹੀ 25 ਤੂੰ ਮੈਨੂੰ ਦੇ ਦੀ ਬਸ ਲੋਨ ਵਾਲਿਆਂ ਤੋਂ ਲੈ ਕੇ ਚਲ ਫਿਰ ਹਾਂ ਹਾਂ ਕਰ ਲੂੰਗੀ ਹਨਾ ਹਾਂ 5 ਦਾ ਤਾਂ ਫਿਰ ਮੈਂ ਹੱਲ ਕਰ ਹੀ ਲਊਂਗੀ ਕਰ ਤਾਂ ਲੈਂਗੀ ਭਾਈ ਫਿਰ ਕਿਸ਼ਤਾਂ ਵੇਲੇ ਥੋੜਾ ਜਿਹਾ ਔਖਾ ਹੁੰਦਾ ਲੈਣ ਵੇਲੇ ਤਾਂ ਅਗਲਾ ਕਹਿੰਦਾ ਚੀਜ਼ ਲੈ ਲੈਂਦਾ ਕਿਸ਼ਤਾਂ ਭਰਨ ਵੇਲੇ ਫਿਰ ਕਹਿੰਦੇ ਔਖਾ ਹੋ ਜਾਂਦਾ ਹੁਣ ਜਿਵੇਂ ਤੂੰ ਲੋਨ ਲਏਂਗੀ ਤੇਰੀ ਹਾਂ ਵੀ ਮੈਂ ਭਰਤੀ ਅਗਲਾ ਕਿਸ਼ਤ ਤਾਂ ਮੈਥੋਂ ਮੰਗਿਆ ਕਰੂਗਾ ਫਿਰ ਟਾਈਮ ਸਿਰ ਦੱਸ ਭਾਈ ਮਹੀਨੇ ਤੋਂ ਇੱਕ ਦਿਨ ਪਹਿਲਾਂ ਕਿਸ਼ਤ ਫੜਾਉਣੀ ਪਿਆ ਕਰੂ ਤੈਨੂੰ ਨਾ ਆਏ ਮਹੀਨੇ ਕਿਸ਼ਤ ਆਇਆ ਕਰੂਗੀ ਫਿਰ ਆਏ ਮਹੀਨੇ 28 ਦਿਨਾਂ ਤੋਂ ਕਿਸ਼ਤ ਆ ਜਾਂਦੀ ਹੈ ਭਾਈ 28 ਦਿਨਾਂ ਤੋਂ ਆ ਜਾਂਦੀ ਹੈ ਫਿਰ ਕਿੰਨੀ ਕਿਸ਼ਤ ਹੁੰਦੀ ਹੈ ਚਾਚੀ ਮੈਨੂੰ ਤਾਂ ਇਹ ਨਹੀਂ ਪਤਾ ਹੁਣ ਜੇ ਤੂੰ ਕਹਿੰਦੇ 25,000 ਕਰਾਇਆ ਉਹਦੀ ਤਾਂ ਕਹਿੰਦੇ 1300-1400 ਕਿਸ਼ਤ ਆਊਗੀ ਮਹੀਨੇ ਦੀ 1300-1400 ਰੁਪਇਆ ਹਾਂ ਮਹੀਨੇ ਦਾ ਹਾਂ ਤੇ ਫਿਰ ਉਹ ਤਰੀਕ ਦੇਣਗੇ ਵੀ ਕਿਹੜੀ ਤਰੀਕ ਨੂੰ ਭਰਨਾ ਕਿਹੜੀ ਤਰੀਕ ਨੂੰ ਭਰਨਾ ਉਹ ਤਾਂ ਤਰੀਕ ਜਿਹੜੀ ਤਰੀਕ ਤੇ ਆਪਾਂ ਨੂੰ ਦੇਤਾ ਦੇਖ ਕਹਿੰਦੇ ਵੀ ਆਪਾਂ ਜੇ ਅੱਜ 25-26 ਦਿੰਦੇ ਤੇ ਉਹੀ 2 ਰੁਪਏ ਵਿਆਜ ਲੱਗ ਜਾਂਦੇ ਅਗਲੇ ਜਿਹੜੇ ਲਾਉਂਦੇ ਹੈਗੇ ਤੇ ਤਰੀਕ ਤਾਂ 1 ਤਰੀਕ ਤੋਂ ਆਉਂਦੀ ਹੁੰਦੀ ਹੈ ਜਾਂ ਤਾਂ ਜਾਂ 10 ਤਰੀਕ ਕਰਦੇ ਹੁੰਦੇ ਵੀ 10 ਤੋਂ ਉੱਪਰ ਚਲ ਕੋਈ ਨੀ ਉਹ ਤਾਂ ਚਾਚੀ ਫਿਰ ਤੇਰੀ ਆਪਦੀ ਉਹ ਹੈਗਾ ਤੂੰ ਜਦੋਂ ਪਹਿਲਾਂ ਕਰਾਇਆ ਹੋਇਆ ਲੋਨ ਤੈਨੂੰ ਸਾਰਾ ਪਤਾ ਜੋ ਤੂੰ ਭਰਦੀ ਆ ਉਵੇਂ ਭਰ ਜਾ ਕਰੀ ਤੂੰ ਹੀ ਭਰ ਜਾ ਕਰੀ ਮੈਂ ਪੈਸੇ ਤੈਨੂੰ ਦੇ ਜਾ ਕਰੂੰ ਨਹੀਂ ਪੈਸੇ ਦੇ ਤਾਂ ਜਾਇਆ ਕਰੇਂਗੀ ਜਦੋਂ ਹੁਣ ਪੈਸੇ ਲੈਣੇ ਹੁਣ ਗੱਲ ਕੁਛ ਹੋਰ ਹੈਗੀ ਜਦੋਂ ਕਿਸ਼ਤਾਂ ਭਰਨੀਆਂ ਪੈਣਗੀਆਂ ਬਾਹਲੀਆਂ ਔਖੀਆਂ ਹੋ ਜਾਂਦੀਆਂ ਭਾਈ 2 ਸਾਲ ਦਾ ਲੰਬਾ ਕੰਮ ਹੈ ਇਹ ਕੋਈ 1 ਮਹੀਨੇ ਦੀ ਕਿਸ਼ਤ ਆਈ ਨਹੀਂ ਵੀ 1 ਮਹੀਨੇ ਦੀ ਭਰ ਕੇ ਤੂੰ ਦੂਜੇ ਮਹੀਨੇ ਭਰ ਕੇ ਕਹਿ ਦੇਂਗੀ ਬਸ ਸਾਹਮਣੇ ਨਿਬੜ ਗਿਆ ਕੰਮ ਮਗਰ ਅਗਲਾ ਨਾ ਬੇਸੰਤ ਸੋ ਜਾਂਦਾ ਕਿਸ਼ਤ ਆਉਣਗੀਆਂ ਮਗਰ ਉਹ ਫਿਰ ਬੁੜੀਆਂ ਫਿਰਦੀਆਂ ਰਹਿਣਗੀਆਂ ਫੜਾਣਗੀਆਂ 200 ਦੇ ਦੇ ਤੇ ਉਹ 400 ਦੇ ਦੇ ਇਹ ਕਿਸ਼ਤ ਤਾਂ ਭਾਈ ਪਹਿਲਾਂ 1 ਦਿਨ ਪਹਿਲਾਂ ਸਾਰੀ ਫੜਾਉਣੀ ਪਿਆ ਕਰੂ ਮੈਨੂੰ ਲੈ ਚਾਚੀ ਤੂੰ ਤਾਂ ਐਂ ਕਰੀ ਜਾਂਦੇ ਜਿਵੇਂ ਕੋਈ ਮੈਂ ਕਿਸ਼ਤ ਤੇਰੀ ਮੁੱਕਰਦੀ ਹੁੰਦੀ ਆ ਕਿਸ਼ਤ ਤਾਂ ਮੈਂ ਤੈਨੂੰ ਦੇ ਹੀ ਕਰੂੰਗੀ 1300 ਰੁਪਏ ਮੈਂ ਦੁੱਧ ਵੀ ਪਾਉਣੀ ਆ ਮੈਂ ਕੋਈ ਹੋਰ ਕੰਮ ਕਰ ਲੂੰਗੀ ਮਾੜਾ ਮੋਟਾ ਕੋਈ ਕੱਪੜਾ ਲੀੜਾ ਸਿਉਂਦਿਆ ਕਰੂੰਗੀ ਕਿਸੇ ਦਾ ਉਹ ਬਣਾ ਲਿਆ ਕਰੂੰਗੀ 2 ਰੁਪਏ ਮੈਂ ਤੈਨੂੰ 1300 ਰੁਪਏ ਤਾਂ ਮਹੀਨੇ ਦਾ ਤਾਂ ਦੇ ਹੀ ਦਿਆ ਕਰੂੰ ਠੀਕ ਹੈ ਫਿਰ ਮੈਂ ਤੈਨੂੰ ਪੈਸੇ ਦੇ ਦਿੰਦੀ ਹਾਂ ਲੈ ਕੇ ਦੇ ਮਾ ਹਾਂ ਮੈਨੂੰ ਤਾਂ 30 ਚਾਹੀਦਾ 25 ਚਾਹੀਦਾ ਫਿਰ 25 ਦੇ ਦੇ 25 ਦੇ ਦੇਣੀ ਆ ਤੈਨੂੰ ਮੈਂ 25 ਲੋਨ ਕਰਾ ਕੇ ਲੋਨ ਪਾਸ ਹੋ ਗਿਆ ਜਦੋਂ ਫਾਰਮ ਭਰ ਦਿਆਂਗੇ ਆਪਾਂ ਸਵੇਰੇ ਆਊਗਾ ਉਹਦੇ ਕੋਲ ਫਾਰਮ ਭਰ ਦਿਆਂਗੇ ਜਦੋਂ ਲੋਨ ਪਾਸ ਹੋ ਗਿਆ ਮੈਨੂੰ ਪੈਸੇ ਦੇ ਦੇ 25,000 ਤੂੰ ਲੈ ਜਾ ਕੇ ਨਾ ਸਵੇਰ ਕਿਹੜੇ ਤੂੰ ਅੱਜ ਹੀ ਫੋਨ ਕਰ ਦੇਣਾ ਉਹਨੂੰ ਵੀ ਭਾਈ ਅੱਜ ਹੀ ਚਾਹੀਦੇ ਸਾਨੂੰ ਤਾਂ ਅੱਜ ਹੀ ਆ ਜੀ ਫਾਰਮ
किस्त जो क्या करेंगे मैं भर दिया करूं। बस फिर किस्त भर दे करी, एक तेरे आधार कार्ड की फोटो स्टेट, एक बैंक खाते की, एक तेरी फोटो, तो वो मैंने फड़ा दी, मैं थोड़े घरों फड़ लूंगी। फड़ ली हो जाके? हाँ तू पैसे फड़ा मैंने। चंगा चल चाची जी आउंदी रहनी, तू तो मैंने तो मेरा हल कटता, मैंने तो कहा सी ताई ने, कहंदी तू जा तेरी चाची को सरबजीत को, तो ओदी हल कर देनी, मेरा भी ओदी हल करता सी, लैने तो मिनट ही लाया, मेरे को तो ही गल 25 रुपये नहीं सी, कहंदी हुण लिया देनी मैं तेनू 25,000 रुपया। कमाल दी बुढ़ी जिहड़ी इन्ने इन्ने पैसे रख दिए कोल, किवें हुंदे आ लोन लाण, किवें करवाउंदियां इह, मैं ही सिख लां तो, जे मैं करवाउण लग जां मेरे कोल भी इन्ने पैसे होया करनगे। कोई नी चाची तो हौली हौली हिसाब लै लांगे, केरां तां मैं इसे तो फड़के आदे कन्नां आले करवा लां, फिर देखी जो जदों किस्त भरी। मेरी गुतनी पट्टूगी, फायदा की है चाची? मैं तेरे लै दी पैसे, देख मेरे घर आले कोले गल ना करी, उहदा सुभाअ ही नहीं गा, उह भैड़ा गा, जमा ना दसी भी मैं लोन कराया, किस्त मैं तेन आपे दे जा करूं। चल हाँ कर ली फिर कोई ना, तो मैं कागज तो फड़ लूंगी आ जाऊंगी। चंगा माड़ा जा ना देख के आई आसा पासा, जे घरे हो तो उन्होंने तू ए कह दी भी भाई मैं तो उ आई हाँ, जा किसी जाके आना, जी डिपू च जाना, अं अत्ता पत्ता जा मार दी, उन्होंने ना पता लगे भी आप किस्त भर दें, या फिर तू ए करी आप ही फड़ा जी। नहीं आप ही नहीं आता तू जाई। चंगा फिर और मैं इतो हूं आया नहीं, हूं मजा नीरा नूरा पाना जाके, पहला मैं ताई के घरे जाके आई, की करिए हम लांबे दिंदी रही सारा दिन, मेनू कांटे बना दे, मेनू कांटे बना दे, मेनू कन्ना बना दे, सोने का की भा हो पे, चल देखी जाओ कि बनू, हुण खैड़ा छड़ दी जिने चिर उहनू हुण बना के नहीं दिंदे कन्ना वाले, आ पता नहीं फुल जे की धरे पे। हरप्रीत ओ आ दिन किधरों चढ़े अज, क्या आ फुल मैं बनाए है कि नाले आ कन्ना च मुल दे लैंदे, ओ मुल दे तू कानू लियाउणे सी, मैं तेनू बनवा ही दिंदा, 6 महीने नू बनवाण दा की गल सी, तेनू किहने कहा वी मुल दे इह, तेनू किने कहता भी मुल दे पाए है, मैं क्यों पाऊंगी मुल दे। लै हुण तू सोने दे कित्थों लियाई, सोने दे पता की रेट है सोने दा? सोने दे मैं तैनू दसा कित्थों लियाई, मेरा भरा फड़ा के गया, मैं फोन करता सी आदे पेकी, ओ तू आदे भरा नू कानू फोन करना सीगा ना, करा ना मैं बना के देन दा की, तेरी तां फिर आड़ी सोनी आउंदी नहीं सी, मैं उहनू फोन करता भी भई मैनू करना वाले चाहीदे, मेरी मां नू आके बनवा के दे दिओ, मेरी मां ने बनवा के देते, देख सोने ओ सोने तां मैं दूरों ही देख ले सी, ओ पर मैनू तां ए लग्या भी इहदे कोले नहीं ਕਿੱਥੋਂ ਪੈਸੇ ਆ ਗਏ ਵੀ ਤਾਂ ਮੁੱਲ ਜੇ ਦੇ ਲੈ ਹੋਣਗੇ ਨੇ ਮੁੱਲ ਦੇ ਕੋ ਲੈ ਹੋਣਗੇ ਤੂੰ ਤਾਂ ਹੁਣ ਆਈ ਵਾਰ ਜਵਾਬ ਦੇ ਦਿੰਦਾ ਸੀ ਆਈ ਵਾਰ ਕਰਵਾ ਕੇ ਨਹੀਂ ਸੀ ਦਿੰਦਾ ਆ ਤਾਂ ਮੈਂ ਫੁੱਲੋਂ ਬਣਾਉਂਦੀ ਸੀਗੀ ਇੱਕ ਦਿਨ ਨਾ ਮੈਂ ਚਾਚੀ ਕੇ ਘਰੇ ਗਈ ਸੀ ਚਾਚੀ ਬਣਾਈ ਜਾਂਦੀ ਸੀ ਉਹ ਮੈਨੂੰ ਬਣਾਉਂਦੇ ਫੁੱਲ ਜੇ ਬਲਾਈ ਸੋਹਣੇ ਲੱਗੀ ਤੇ ਮੈਂ ਆਖਿਆ ਮੈਂ ਵੀ ਬਣਾ ਲਾਣੀ ਆ ਚਾਚੀ ਹੋਰੇ ਤੂੰ ਕਦੋਂ ਜਾਈ ਚਾਚੀ ਕੇ ਗਈ ਸੀ ਮੈਂ ਇੱਕ ਦਿਨ ਉਹ ਮੈਂ ਤੈਨੂੰ ਗੱਲ ਦੱਸਾਂ ਮੈਂ ਤਾਂ ਵਗ ਜਾਣਾ ਖੇਤ ਤੇ ਤੂੰ ਘਰ ਨਾ ਸੁਣਾ ਛੱਡ ਕੇ ਕਿਸੇ ਦੇ ਐਵੇਂ ਨਾ ਜਾਇਆ ਕਰ ਬਗੈਰ ਮਤਲਬ ਤੋਂ ਜਾਣ ਦਾ ਕੋਈ ਫਾਇਦਾ ਨਹੀਂ ਹੁੰਦਾਗਾ ਲੈ ਕੰਮ ਨੂੰ ਗਈ ਸੀ ਮੜਾ ਇਹ ਕੰਮ ਸੀ ਤਾਂ ਗਈ ਸੀ ਮੈਂ ਕੀ ਕੰਮ ਸੀ ਤੈਨੂੰ ਸਭ ਕੰਮ ਹੁੰਦੇ ਹਨ ਗੁਰੂਆਂ ਨੇ ਹਰੇਕ ਕੰਮ ਤੂੰ ਮੈਨੂੰ ਦੱਸ ਕੇ ਜਾਣੇ ਜਿਹੜੇ ਕੰਮ ਤੂੰ ਜਾਣੇ ਉਹ ਜੇ ਕੋਈ ਮਾੜੀ ਮੋਟਾ ਕੰਮ ਧੰਦਾ ਹੁੰਦਾ ਮੈਨੂੰ ਦੱਸ ਦਿਆ ਕਰ ਮੈਂ ਜਾਇਆ ਕਰੂੰ ਨਾ ਦੇ ਤੂੰ ਨਾ ਜਾਇਆ ਕਰ ਐਵੇਂ ਬਗੈਰ ਮਤ ਬੋਲ ਤੂੰ ਚੱਲ ਕੋਈ ਨਹੀਂ ਨਾ ਜਾਉਂਗੀ ਗਾਂ ਤਾਂ ਗੱਲ ਕਰ ਤੂੰ ਆ ਨਾ ਆਪਦੇ ਭਰਾ ਨੂੰ ਵਧੀਆ ਨਹੀਂ ਗੱਲ ਕਰੀ ਉਹਨਾਂ ਨੂੰ ਤੂੰ ਔਖਾ ਕਰਿਆ ਹੋਇਆ ਐਵੇਂ ਅੱਛਾ ਉਹਨਾਂ ਨੂੰ ਤਾਂ ਔਖਾ ਕਰਿਆ ਤੇ ਤੂੰ ਬੜਾ ਸੌਖਾ ਕਰਾ ਕੇ ਦਿੰਦਾ ਸੀ ਮੈਨੂੰ ਕਰਵਾ ਕੇ ਦੇਣਾ ਕਰ ਜੇ ਤੈਨੂੰ ਜ਼ਿਆਦੇ ਹੋ ਰਹੇ ਮੈਨੂੰ ਪੈਸੇ ਦੇ ਦੇ ਮੈਂ ਪੈਸੇ ਦੇ ਦਾਨੀ ਉਹਨਾਂ ਨੂੰ ਉਹ ਲੈ ਹਾਂ ਪੈਸੇ ਹੁਣ ਉਹ ਲੈ ਨਾ ਤਾਂ ਮੈਥੋਂ ਉਹ ਲੈਣ ਜਿਹੜੇ ਆਪਾਂ ਪੈਸੇ ਦਿੰਦੇ ਹੁਣ ਸੋਹਣੇ ਲੱਗਦੇ ਆ ਹਾਂ ਉਹ ਠੀਕ ਹੈ ਆਪਣਾ ਪੈਸੇ ਲੈਂਦਾ ਹੁੰਦਾ ਮੈਂ ਤਾਂ 4 ਰੁਪਏ ਮੈਂ ਤਾਂ ਚਾਹ ਦੇਖਦੀ ਆ ਜਾ ਕੇ ਬੱਚਾ ਮੈਂ ਚਾਹ ਲੈਣੀ ਆ ਕੁੱਟ ਲੈ ਉਹ ਮੈਂ ਤਾਂ ਐਵੇਂ ਹੀ ਡਰਦਾ ਫਿਰਦਾ ਸੀਗਾ ਮਨ ਚ ਸੰਸਾ ਕਰਦਾ ਸੀ ਉਹ ਆ ਕੰਮ ਵਧੀਆ ਹੋ ਗਿਆ ਆਪਣੀ ਜੀਰੀ ਵਧੀਆ ਹੋ ਗਈ ਪੈਸੇ ਤਾਂ ਆਪਣੇ ਕੋਲੇ ਸੀਗੀ ਨਾਲੇ ਆਪ ਉਹਦੇ ਭਰਾ ਤੇ ਫੋਨ ਕਰਕੇ ਜਿਹੜੇ ਆਏ ਨੇ ਕਾਂਟੇ ਮੰਗਾ ਲਏ ਇਹ ਤਾਂ ਬਾਲਾ ਵਧੀਆ ਹੋ ਗਿਆ ਆਪਾਂ ਨੂੰ ਤਾਂ ਮੁਕਤ ਚ ਹੀ ਬਣ ਗਏ ਕੋੜੇ ਕਿੱਧਰੋਂ ਆਈ ਭੈਣੇ ਇਧਰੋਂ ਨਹੀਂ ਭੈਣ ਕਿੱਧਰੋਂ ਆਈ ਸੀਗੀ ਆ ਤਾਂ ਇਹਨੂੰ ਦੱਸ ਕੇ ਕਿ ਕਹਿੰਦੇ ਤੇਰੀ ਚਾਚੀ ਹੱਲ ਕਰ ਦੂਗੀ ਆ ਜਾ ਕਹਿੰਦੇ ਮੇਰੇ ਤਾਂ ਗਲ ਸਿਆਪਾ ਪਾਏਗਾ ਉਹਨੂੰ ਪੈਸੇ ਕਢਾ ਕੇ ਦੇ ਤੇ ਕੰਨਾਂ ਚ ਤਾਂ ਚਮਕਾਈ ਫਿਰਦੀ ਹੈਗੀ ਨਾ ਤਾਂ ਹੁਣ ਮੈਨੂੰ ਖਾਤੇ ਚ ਕਢਾ ਕੇ ਦਿੰਦੀ ਹੈ 15 ਦਿਨ ਹੋ ਗਏ ਪੈਸਿਆਂ ਨੂੰ ਤੇ ਨਾ ਮੈਨੂੰ ਕਹਿੰਦੇ ਕਹਾਂ ਕਿਸ਼ਤ ਭਰਦੀ ਹੈਗੀ ਅੱਛਾ ਤੂੰ ਉਹਨੂੰ ਦੇਤੇ ਪੈਸੇ
दे छो तो कन्ना भी करा ले गल मू मेरे को बेचारी घरे वाग गई पड़ गए बाबा बीर बीर कर लग गई आदि ताई भी मेनू 10,000 रुपया दे दे मैं आख देख पुत मेरे को 2,1500 ही होंगे कहता 10,000 कहना कहता मैं इतो तो 25,000 रुपया ले मुड़ के खाते जाए पे ना तो खाते चो कढ़ा के दिंदी है ते नाले किस्त भरनी है सवेरे ते ना मेनू किस्त फड़ा के हूं जानी है तैं तो कहना इन्हें कहता ते 2 साल पता नहीं मैं कि कडूंगी नहीं कुड़े भाने चल कोई ना मत तू सारता चल कोई ना तू इन पुछ ला तेन की कहती है ना मैं चल तो सारता फिर कह तू तो कहना कहता अजय मेरे नाल चल जा कहे खोल के रख दी आई है कि मत वाल हल हो जाए ना फिर अगला बार देने वे ना अगला फिर आई कर जागा ना ना चीज लैण वे तो होर मूह चीज पैसे देने वे होर मूह हों पैसा तो कहना हूं फर्क पा सकीरिया च आंढ गुआढ़ तो पवाना ही पवाना पैसा ना किसी दे सियाना हो और भाई वही गल मुके में बंदा ना अंदर बढ़ के चीज लेंदा गा ते वो भी अंदर बढ़ के चीज दे के जावे तेनू तो भैया गल् चंगी लगद मैं तो लगदी ने मेरे करके गुतनी पट्ट गए कहने जो लो किस्त आने आ गए कहने तू तो अपनी गल् मारी जानी तेता कहना नहीं कहता मेरे गल पाती पैसे कढ़ा के देते सब कुछ देता इन बैठी हैगी कहने ला हूं बोल दी मार का बोल दो नहीं हरप्रीत आ जा भाई कौन है बूमा मर जा चाची दे ताई ये किने आ गई दोनों ताई नु कत ली फिर दी चाची नाल तो किस्त कुस्त दे मामला ताही आई है आ जा चाची लंघिया आ गई भाई लंघे ही हाँ। तो कहना लंघे कह दे तू तो मौज ना करना जी भी पा ले लीड़े भी ना तो वधिया पाई फिर दी नवे कड़ कड़ के हुण तो तैनू गल्लां आउणगियां ते किस्त कढ़ाउण वे तेरा मुंह की सीगा पैसे लैण वे मुंह तेरा की सी ते हुण तू कहना राह ही नहीं दिंदी सानू की गल भाई ले राह दी की गल है चाची जदों आऊगी किस्त भर दूंगी ते मैनूं कर दस्सिओ वी किस्त आई पई है ना मैं तेन दो आए महीने दस के जाया करूं मैं तेन आखिर किस्त भाई याद रखी पहला देख आया कर एक महीना एक दिन तू किस्त देनी नहीं तो बिड़की नहीं लई ना हूं जो मैं यही नहीं पता भी किस्त आई पी है मैनू कड़ा तरीक का पता मैं रोज लोन कराऊंगी हूं मैं लोन करा लिया जो तेन पता है तू मैं पैसे दिते तेन पता है तरीक का फिर तू मैं दस दी ए तरीका तो की लेना हूं तेरे कन्ना आए थे ये पे गए तरीका तो की लेना तेन की लोड़ा पैसे देने की आया नहीं गुरजीत चक सिलेंडर आपे कहने जो पैसे दे दूगी किस्त कहने आपे पैसे सिलेंडर कि मैं चक चाची मैं किस्त फड़ा आऊंगी ले फड़ा पैसे फड़ा पैसे देख चाची हूं तो मेरे को पैसे है नहीं जो दुधा दे गया मैं तेरे पैसे ओदी दे दूंगी मैं तेरी किस्त रख दी मैं ताई नु फड़ा दू जे तेन नहीं आओ दुधा तक नहीं भाई किस्त भाई डीक तो घरे बैठा साड़ी किस्त भी नहीं चिर भरा पहले पैसे दे मैंने जे है नहीं किस्त मार तो कोलो भर देने सिलेंडर ले जाने पैसे दे सिलेंडर चक ली ले चाची तो की गल हुई मैं सिलेंडर ले जानी चक के सिलेंडर तो असं भरा भरा वास्ते धर के गया भरा वास्ते धर के गया मैं को पता है पहला तू कन्ना च कराई फिर दी पहला कहना सोच कर ली तो किस्त भर दी फड़ कर जी तो जो तू भाई सियानी म्याणी है चाची ऐना कर मैनू गाला देगा चाची मैं लड़ूगा तो कह रहे कन्ना च पाया गाला देगा मुंडा चाची बन के ना 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 गैस छड़ जा ना ना गैस नहीं छड़ के जांदी हुण तां मैं लेके जाऊंगी आए महीने फिर ना कंजर कीता ही होया करो आए महीने कुछ ना कुछ लजाई करांगे जदों किस्त नहीं भरदी बूमा मर गया ले देखी ओ डगियां ले चक के ओह जी ताई नाल रल गई लै ओह लै गईआं ढोली मेरी तां चक के नहीं आके मैनूं ओह गालां देऊगा हैं हुण की करूंगी हुण कोई स्कीम लावां की करां ताई नूं मुड़ के आउण दे इत्थे ही खड़दी आं ताई तां घरी आऊगी मुड़ के ताई भी ओह जी होगी देख लै नाल रल के हथ पवा के लै गई आई नहीं क्या भी कोई नी भाई तेरी किस्त दे दूगी कड़ा रख दी है हूं खाते वाले पैसे दी दे मेरे भी खाते मैं तेन कमें कड़ा के दे दूंगी तेन कहते दुधा तू लेके दे दूंगी देखी जो कोई नहीं पत्ता सत्ता मार दू हूं तो मैं भी शहर होगी मैं कह दूंगी भी तो ताई लेगी गैस तो ताई ना ताई नही ला दस मेनू आ दी हूं ठड़ा के आ कहें ढोली मेरे नाल भी दस कर तू ढोली लेके जानी सी जा कोई चीज चकनी सी तू नाल दस कुछ बंदे नू लिया मुंडे नू लिया नहीं ते दस ला मेनू आ दी तू छड़ा के आ भाई चंगी गल है वधिया छड़ाया ई बाहां तां तेरे नाल दुखनी है ना जांदी तू उहने जवाब दे आंदी भाई मैं तां छड़ा के नहीं आउंदी तैनूं की लोड़ सी ढोली चक्कण दी तू सियाणी वियाणी है तू ऐ कह दिंदी कोई नहीं भाई तेरी किस्त मोड़ूगी मैं कहड़ा किस्त दबदी सी अथने दुध वाले तों लैके दे आंदी तू तां ऐ चुकवा के लैगी ढोली जाणे नहीं मैं किस्त ही नहीं दिंदी हुंदी कोणे भाई मैं की करां ओह कदों मैं दस पाई सी तैनूं मैं ही भेजिया सी ओह तां फिर मेरे मैनूं आ दी तू मेरे नाल चल आ दी ते कहिंदी चल आपां पुछ गए कहिंदी की कहिंदी आ किस्त नूं मैं की करा कदम मैं ले आई फिर मैं कि जवाब देवा फिर किस्त जब तक है भी मैं मुकरी हूं मैं कह सू मैं भरती नहीं मैं कहा नहीं भाई दुधा भी तो फटके दे मैं ताई नू फड़ा दू नहीं मेरे ते यकीन तू फड़ाया आंदी ए डिक डिक गल सी फिर फड़ा था मैं आऊंगी फिर तेरे कुछ हई नहीं सी पल्ली नहीं सी कुछ भाई तू ना कन्ना आ रे कराऊंगी कि सही सियाना कि तेन आओ करू इन्हीं सुके सियाना आदे नहीं होंगे सियाने के ओरी चीज का की पाना कहना कन्ना खावे सियाना ये सौंका हूं तेन दुगने चिगने भरने पैणगे तेन ब्याजी बाला पैजू
कोई नी ताई मैं करवाया ब्याज मैं भरना तै ब्याज नहीं भरना मैं सुनाई जी ना कर मेनू कन्ना मैं करवाया तै नहीं करवाए तो मैं तेन दसा तू ए कहना सी ओनू भी की गल है भाई किस्त भरे आऊगी भाई हूं फिर मैं दसा गल सुभाग ही तक है थोड़ा जा ओ, ना है सारे दिहाड़ा च वधिया जमा करारी ते पर भाई कदों पैसे लैंदी उदों भी अगले पूरी रुखी हो जाती है अगले नी छड़दी छुड़दी नी भाई वीर वाली गल नहीं रखती भाई वीर वाली तो गल उन्हें रखी नहीं जो मैं कहता सी मैं तेन दसा हूं ए कदी सिलेंडर तो देख तू ओ घरे छाया ही जो हथ नहीं आऊगा हूं आने वाले खेतों जी उन्हें आके पुछे सिलेंडर कितने मैं कहूँ भी ताई लेगी चाके तो मेरी हां च हम ला दी भाई हाँ तो हाँ तो मैं मिला दूंगी भाई मैं कह दू मुंडे जो पूछन गया मेरे को भी ताई छोड़े घर सिलेंडर चलो भाई अज तो मैं कह दूंगी तो यह तो भाई दो साल फिर किस्तां चलनगियां फिर भाई मैं कितने कितने हामी भरू तेरी कोई नी ताई मैं आपे किस्त भरया करूंगी मैं तेनू नी कहनी मैं अज का दिन ही कहनी भी अज गैस तो कहते मैनू नहीं पता भी ऐ करूगी गैस ही चाके उबजूगी मैनू कहीं सी जो आऊगी चल पैसे ले जूगी मैनू कहना पता से यह जैसा है मैनू तो अज पता लगे गांह तो मैं ये गल हो नहीं दी हूं तू केरा हां कर दी भी गैस भाई मैं लेगी असी भराया कल नू मैं फड़ा जूंगी कोई नी कल तक मैं पैसे लेके दे दू ते मेरी ढोली चकवा ले मेरे नाल चली कोई ना मैं नाल बाल चलूंगी ते मैं चका ले ढोली तो की कहती हैगी थोड़े बस वही घबरा गई कदों तू उन्हें किस्त मूरी ओह कर कोई राह ढोई दी बड़ा घबरा गई राह ढोई तय कर दी मैं जवाब दिता हूं तू तक मैं पैर मार दी बग जा करे बस ऐ कह दी भाई ढोली साढ़े घरे ना चल कोई ना भाई मैं तो कह दूंगी मेरा तो की भार लगता गा ले गैस सिलेंडर आ रहे है गैस सिलेंडर भराइए हरप्रीत अपना सिलेंडर पिया खाली इतने मैं गैस भरा लिया किधर गए इतो वो तो ना ताई लेगी पुआई कहनी असि भरा गा ताई आई फिर मैं सोनू दे दूंगी दो दिन उन्होंने खत्म हो गया ताई लेगी तू सैनी बेनी है पहला अपने गुआढ़ी ले गई सी मसा लिया उन्होंने वो मैं तो हूं गैस सिलेंडर भरा खड़े ने उत्थे आए तो हूं दस मैं की करा ना फिर तू ए गल कर आंढ गुआढ़ जवाब दे बंद जो चक्कर आ गई मैं ऐ कहनी ताई मैं तो ढोली दी उसे सामने पी सी उन्हें आके हाथ ही पा लिया कहनी कुड़ी मैं ढोली लेके आने हरप्रीत असं भरा लीए दो दिन सोनू भरा के दे देंगे कोई नी मैं एक दिन चुले से बना लूंगी रोटिया जो तो ताई ने भरा के देता ना आप ही भरा के दे दूंगी लै हूं तू तो चुले से मत्था मारती फिरेगी वो एक माड़ा मोटा दिमाग तो कम ले लिया कर आपदे वास्ते रखा भी गैस सिलेंडर हूं भरा लेंदी आराम ना दिख लै तू ही औखी होएगी मैनू की है कोई नी रोटियां मैं बनाऊंगा तै नहीं बनाऊंगा कोई नी जो फड़ा तो गुआढ़िया कोई गल नहीं तू अंदर जा मैं तेन दसा मैं चाह ले पींदा किधरी उठ लिया किधरी देखने बार गया तो गुआढ़िया का फिक्र रहा तेन आ तेन कोई नी तू अंदर चल रहा मैं आ गई दीन दी नी हरप्रीत अंदर अंदर काम करती होगी कोई रसोई च बोल मारा इनू नी हरप्रीत उरे आ भाई ला मैनू पैसे फड़ा भाई किस्त आए मैं तेरी चाची नू फड़ा के मैनू नी भाई समझ आउंदी तेरी की कहनी मैनू कोले आके दस उरे आ जा मेरे कोले ला पता नहीं की आखी जांदी है छिया जे जे करी जांदी हैगी भी तू मेरे कोले आ जा सौ रुपया मैनू कोले आके दस दे ताई केड़ी किस्त दी गल करदी है तू भाई मैनू तां पता नहीं भाई हाथरी तैनू पुछ ला आ ताई की कहनी सी केड़ी किस्त मैनू की पता है ताई दी किस्त ताई दी किस्त होगी कोई किस्त होगी कोई हां तू सीधी दस मैनू गल की है गल फिर सीधी दस दें जो सीधी पुछना चाहो हां सीधी पुछना चाहो जेडी सरबजीत आंटी नहीं अपनी चाची उधर लेकर आई अच्छा सरबजीत चाची हां ठीक है ओदे कोले किस्त भरदी हुन्नी मैं किस्त भरदी हुन्नी है हां तू कदी किस्त भरदी हुन्नी है आपा किस्त आई आपा नु की लोड़ पेगी किस्तां दी आपां नूं लोड़ पैगी तैं पाती मैनूं लोड़ मैनूं तां नहीं सीगी कमाल दी गल है मैनूं गल दी समझ नहीं आई तू गल्लां की करी जांदी है गल्लां तां मैं तैनूं सारियां दसदा नहीं आं मैं तां तैनूं जाण की कहा सी वी मेरे पेक्यां ने करा के दित्तिया कन्नां वाले मैं आखां तूं एवें रौला पाएगा मेरे नाल लड़ेगा मैं तां ना इह लोन करवा के दित्ता मैनूं उहने सरबजीत चाची ने किस्त भरदी आं 30,000 रुपया 25 कढ़ाया सी अच्छा अच्छा तू लोन लेके ना कर्जा लेके तू कन्ना च पा लिया वो देख लै मैं एडे एडे काम करते मोटर लवा लिया पाइप लाइन पा दी खेतों च मैं कहते पांच पैसे कर्जा नहीं लिया तू देख लै आई सिर कर्जा चढ़ा लिया वे तो मेरे को तो इवी झूठ बोली गई मेरा तो भरा देखे गया मेरे तो पेके देख गया पर सारा कुछ ही करना पैंता बुढ़िया जो तू तो किसी गल से नहीं आया मैं गई ताई को ताई ने मैंने स्कीम देती ताई कहनी ऐ करा सरबजीत को तेन पैसे वो दे दूगी वह मैंने कहनी लोन करा ला पी उन्हें मैंने वो मैंने 25,000 रुपया फड़ाता मैं आपके कन्ना करा ले फड़ा के तो मेरा भरा ही गया करा के तो फिर किस्त कितों भर दी कितों पैसे लिया तू कि लिया कुछ तो मेरे खाते च पे रौला ना पा मैं तेन दसा
जेडे खाते च पे ना मैं कटवाए नी उवें ही पे है। चाची ने बथेरी जोर ला लिया, कहिंदी पैसे कटवा के दे दे, मैं कटवा के नहीं दिते, मैं तो दुध वाले तो फड़ के उन्हें किश्त दे देनी हुंदी आ। ओ कमाल दी गल है, दुध वाले चक चक तू किश्तां भरी जानी है, ओ तेरे किवें खाते च पे है ओ, फिर आ कादे मां वाले तू। ओ ये तो तैनू दसी देने वी, ते चाची ने दित्ता सी 25,000 रुपया, 5,000 रुपया मेरे कोल सीगा, 30,000 दे बने है, ते जेड़े मेरे खाते च पे ओ खाते च पे पैसे आपां दुध वाले तो लै लै भरी जावांगे, फिर की गल ओ खाते वाले उवें पए रहणगे। ओ तू मेरी गल सुन लै, पहली गल तो आप करजा लैन की लोड़ नहीं, वो जिहड़े करजा लैंदे ने लोग, कोई ये काम करते ने कोई सिलाई का कोई कढ़ाई का, वो फिर आमदन करते ने, तेरे वो कन्ना च नहीं पौंदे कांटे, आमदन करके फिर किस्तां भरते ने, तो तू चक चक के घरों उही तो दुध पक्की मिलदारी चलानी सी, उही तो हुण देख लै तेरे का सारा दुध अपना पाई पाउण का कोई फायदा नहीं, सारा करजे च जाऊगा, नहीं तेनू पता इहदा ब्याज किन्ना हुंदा। ਮੈਨੂੰ ਕੀ ਪਤਾ ਹੁਣ ਬੈਗ ਕਿੰਨਾ ਹੈ, ਬੈਗ ਲੱਗਦਾ 2 ਰੁਪਏ, ਕਿੱਥੇ ਫਿਰਦੀ ਐ ਤੂੰ, 2 ਰੁਪਏ ਹਾਂ ਕਰਜਾ ਬੋਲ ਤੇ ਇੱਥੋਂ ਲੈਂਦਾ ਇਹ। ਦੇਖੋ ਮੈਥੋਂ ਹੋ ਗਈ ਗਲਤੀ, ਜਿਹੜੀ ਮੈਂ ਤੈਨੂੰ ਢੋਲੀ ਕਿਹਾ ਸੀ ਨਾ ਵੀ ਆਪਣੀ ਤਾਈ ਲੈ ਗਈ, ਤਾਈ ਨਹੀਂ ਲਗੀ, ਉਹ ਤਾਂ ਮੈਂ ਕਿਸ਼ਤ ਨਹੀਂ ਭਰੀ ਸੀ, ਉਹ ਵੀ ਆਪਣੀ ਚਾਚੀ ਲੈ ਗਈ ਸਰਬਜੀਤ ਚੱਕ ਕੇ। ਅੱਛਾ ਉਹ ਚੱਕ ਕੇ ਲੈ ਗਈ? ਹਾਂ ਉਹ ਕਹਿੰਦੀ ਕਿਸ਼ਤ ਫੜਾਈ ਤੇ ਇਹਦੀ ਢੋਲੀ ਲਿਆਈ, ਐਂ ਕਰ ਤੂੰ ਪੈਸੇ ਦੇ ਆ ਉਹਨੂੰ, ਕਿਸ਼ਤ ਵਾਲੇ ਪੈਸੇ ਦੇ ਆ, 1300 ਰੁਪਏ ਤੇ ਆਪਣੀ ਢੋਲੀ ਚੱਕ ਲਿਆ। ਠੀਕ ਹੈ ਤੂੰ ਸਮਾਨ ਚੁਕਾ ਲਿਆ ਕਰ ਘਰੋਂ, ਮੈਂ ਜੇਬ ਚੋਂ ਪੈਸੇ ਦੇ ਦੇ ਕੇ मैं चीजा वापस कराया करूंगा। ना जे तू मेनू करवा के दे रहा कन्ना वाले, मेनू तो लोड़ ही नहीं सी पैंदी एडी दूर जाने दी, चंगे भले तेरे कोल पैसे सीगे, तही किस्तां लाईयां मेरियां, तू ही किस्तां नमेड़ हुण, जा करके आ जा के चाची कोल किस्त, मैं ढोली चक लिया बगदा। लै देख लै इहदे की काम कीता, ओ मैनू तां ऐसे मेरे पैसे बच गए, वीरे पेक्यां ने कांटे कराते, ओ देख लै ओ तां सारा 30,000 रुपया लगदा, पता नहीं 25 लगदा, हुण देख लै ब्याज उहदा किन्ना पऊ, मैनू तां हुण 50,000 रुपया भरना पऊ, मैनू तां इहदे कांटे महंगी पै गए। बखरी सौ चैनल की टीम वालों सारे प्यार भरी सत श्री अकाल। जो हुणे हुणे तुसीं साडी वीडियो देखी है तुहानू पता लग ही गया होगा कि मैसेज देने की कोशिश की है, साडे चैनल नू सबसक्राइब करो, कमेंट करो, वीडियो नू वध तों वध शेयर करो, सारे का बहुत बहुत धन्यवाद। बखरी सौ चैनल से जिन्हां वीरां ते भैणां ने सानू सोहणे सोहणे कमेंट किए है असीं नाम बोलण जा रहे हां, मनजीत कौर, उषा राणी, अमर सिंह पटियाला, रमा शर्मा, रविंदर कौर गड़साणा मंडी, बलजिंदर सिंह, दर्शन सिंह नवी मंडी गड़साणा राजस्थान, बलविंदर सिंह चाना, वीरपाल कौर चाना, रामगढ़िया रतिया हरियाणा, कमलदीप बठिंडा, नरसी राम बठिंडा, डॉक्टर रजिंदर सिंह बहादुरपुर, राणा लहरी, गुरदीप सिंह द्यों, नाम सो दीपा, आयशा भुलर, अमायशा भुलर, जुगराज भुलर, मनोहर लाल, निर्मला राणी बजाज कोठा गुरु बठिंडा, परमजीत संधु बॉम्बे, सुमित्रा शर्मा, हरप्रीत बैनीपाल। जिन्ना वीरां ते भैणां ने सानू सोहणे सोहणे कमेंट कीते है, कमेंट करन लई बहुत बहुत धन्नवाद। जिन्ना वीरां ते भैणां दे नाम बोलण वाले रह गए असी दूसरी वीडियो दे विच जरूर बोलांगे। सानू कमेंट करन लई, सानू सुझाव देण लई, साडी सपोर्ट करन लई सारिआं दा बहुत बहुत धन्नवाद।